ਪਹਾੜੀ ਇਲਾਕਿਆਂ ਦੇ ਵਿੱਚ ਬੱਦਲ ਫੱਟਣ ਕਰਕੇ ਕਾਫੀ ਜਿਹੜੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ, ਜਿਸ ਦਾ ਡਰ ਜਿਹੜਾ ਜੇ ਆਪਾਂ ਜੇ ਫਿਰੋਜ਼ਪੁਰ ਸਰਹੱਦੀ ਇਲਾਕੇ ਵੇਖਦੇ ਹਾਂ ਤੇ ਸਤਲੁਜ ਦਰਿਆ ਨਿਕਲਦਾ ਤੇ ਆਸ ਪਾਸ ਦੇ ਜਿਹੜੇ ਪਿੰਡਾਂ ਨੂੰ ਵੀ ਕਾਫੀ ਡਰ ਸਤਾ ਰਿਹਾ। ਹੁਣ ਆਪਣੇ ਕੰਮਾਂ ਲਈ ਦਰ ਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ, ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ। ਇਹ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ। ਜੀ ਹਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ੁਰੂਆਤ ਕੀਤੀ ਗਈ, ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਪੰਜਾਬ ਭਰ 'ਚ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ 'ਚ ਸੰਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ, ਜਿਸ ਦੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ। ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਧੰਨਵਾਦ ਕਰਨਾ ਚਾਹਾਂਗਾ। ਇੱਕੇ ਛੱਤ ਥੱਲੇ ਜਿੰਨੀਆਂ ਸੁਵਿਧਾਵਾਂ ਅਸੀਂ ਦੇ ਰਹੇ ਹਾਂ, ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ। ਮੇਰੇ ਨਾਲ ADC ਮੈਡਮ ਜੀਵਨ ਜੋਤੀ ਬਾਲਾ ਜੀ, ਨਾਲ ਸਾਡੇ ਵਿਸ਼ਵਾਸ ਕੁਮਾਰ ਜੀ SDM ਅੰਮ੍ਰਿਤਸਰ, ਅਤੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ। ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸਰਕਾਰ ਆਪਦੇ ਦੁਆਰ। ਇਸ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ, ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ। ਡੈਮਾਂ ਦੇ ਵਿੱਚੋਂ ਜਿਹੜਾ ਪਾਣੀ ਉਹ ਛੱਡਿਆ ਜਾ ਰਿਹਾ ਅਤੇ ਜਿਹੜੇ ਸਤਲੁਜ ਦੇ ਕਿਨਾਰੇ ਜਿਹੜੇ ਪਿੰਡ ਵਸੇ ਹੋਏ ਨੇ ਉਹਨਾਂ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਜਿਹੜੀਆਂ ਉਹ ਪੇਸ਼ ਆ ਸਕਦੀਆਂ। ਲੋਕਾਂ ਦੇ ਮਨਾਂ ਵਿੱਚ ਡਰ ਹੈਗਾ ਕਿਉਂਕਿ ਪਾਣੀ ਸਤਲੁਜ ਦਾ ਵੀ ਜਿਹੜਾ ਕਾਫੀ ਅੱਗੇ ਨਾਲੋਂ ਜਿਹੜਾ ਵਧਿਆ ਦਿਖਾਈ ਦੇ ਰਿਹਾ। ਜੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਪਾਣੀ ਜਿਹੜਾ ਹੈਗਾ ਸਤਲੁਜ ਦਾ ਉਹ ਵਧਿਆ ਹੋਇਆ ਦਿਖਾਈ ਦੇ ਰਿਹਾ, ਵੀ ਜੋ ਦਿਖਾਉਂਦਾ ਵੀ ਜਿਹੜੇ ਆਸ ਪਾਸ ਦੇ ਜਿਹੜੇ ਲੋਕ ਆ ਉਹਨਾਂ ਵਾਸਤੇ ਇੱਕ ਡਰ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ, ਅਤੇ ਲੋਕਾਂ ਦਾ ਵੀ ਕਹਿਣਾ ਵੀ ਜੇ ਪਾਣੀ ਹੋਰ ਵੱਧਦਾ ਤਾਂ ਉਹਨਾਂ ਵਾਸਤੇ ਕਾਫੀ ਮੁਸ਼ਕਲਾਂ ਆ ਸਕਦੀਆਂ ਕਿਉਂਕਿ ਘਰ ਛੱਡਣੇ ਪੈ ਸਕਦੇ ਆ, ਬੰਨਾਂ 'ਤੇ ਜਾ ਕੇ ਬੈਠਣਾ ਪੈ ਸਕਦਾ ਕਿਉਂਕਿ ਪਿਛਲੀ ਵਾਰੀ ਵੀ ਜਿਹੜੇ ਫਸਲਾਂ ਵੀ ਬਹੁਤ ਖਰਾਬ ਕੀਤੀਆਂ ਸੀ, ਘਰੋਂ ਵੀ ਲੋਕਾਂ ਨੂੰ ਬੇਘਰ ਕੀਤਾ ਸੀਗਾ, ਅਤੇ ਕਾਫੀ ਵੱਡਾ ਨੁਕਸਾਨ ਜਿਹੜਾ ਸਰਹੱਦੀ ਇਲਾਕੇ ਫਿਰੋਜ਼ਪੁਰ ਵਿੱਚ ਹੋਇਆ ਸੀਗਾ। ਅਤੇ ਹੁਣ ਵੀ ਲੋਕਾਂ ਦਾ ਜਿਹੜੀ ਵੀ ਸੋਚ ਹੈ ਜਾਂ ਕਹਿ ਸਕਦੇ ਵੀ ਸ਼ੰਕਾ ਜਿਹੜੀ ਬਣੀ ਹੋਈ ਆ ਵੀ ਅਗਰ ਪਾਣੀ ਜੇ ਇੱਧਰ ਵੀ ਜੇ ਜ਼ਿਆਦਾ ਆਉਂਦਾ ਤਾਂ ਲੋਕਾਂ ਵਾਸਤੇ ਵੱਡੀਆਂ ਮੁਸ਼ਕਲਾਂ ਪੇਸ਼ ਕਰ ਸਕਦੀਆਂ। ਅਸੀਂ ਲੋਕਾਂ ਦੇ ਇੱਥੇ ਮੌਜੂਦ ਨੇ, ਗੱਲਬਾਤ ਕਰਦੇ ਹਾਂ ਵੀ ਉਹ ਕੀ ਕਹਿੰਦੇ ਆ। ਭਾਅ ਜੀ ਜਿਹੜਾ ਪਾਣੀ ਆ ਕੀ ਦੱਸਦਾ ਜੀ? ਪਾਣੀ ਤਾਂ ਜੀ ਖਤਰਾ ਹੀ ਦੱਸਦਾ, ਪਾਣੀ ਦਾ ਬਹੁਤ ਖਤਰੇ 'ਚ ਆ ਅਤੇ ਬਹੁਤ ਜ਼ਿਆਦਾ ਮੁਸ਼ਕਲਾਂ ਆ ਸਕਦੀਆਂ, ਜਿਵੇਂ ਪਿੱਛੋਂ ਡੈਮ ਤੋਂ ਪਾਣੀ ਛੱਡ ਰਿਹਾ ਨੇ, ਬਹੁਤ ਹੀ ਜ਼ਿਆਦਾ ਮੁਸ਼ਕਲਾਂ ਆ ਸਕਦੀਆਂ ਨੇ। ਜਿਹੋ ਜਿਹਾ ਡਰ ਦਾ ਮਾਹੌਲ ਬਣਿਆ ਸਰ, ਕਾਫੀ ਡਰ ਦਾ ਜਿਹੜਾ ਮਾਹੌਲ ਬਣਿਆ ਵੀਰੇ, ਜਿਹੜੇ ਪਾਣੀ ਹੈ ਪਿਛਲੀ ਵਾਰੀ ਕਿੰਨਾ ਕੁ ਨੁਕਸਾਨ ਜਿਹੜਾ ਕੀਤਾ ਸੀਗਾ ਅਤੇ ਹੁਣ ਜਿਹੜਾ ਕਿੰਨਾ ਕੁ ਨੁਕਸਾਨ ਜਿਹੜਾ ਕਰ ਸਕਦਾ? ਨੁਕਸਾਨ ਤਾਂ ਡਰ ਹੀ ਆ ਪੂਰਾ, ਬਣੇ ਹੈ ਨਹੀਂ ਦੀ ਕਿ ਫਸਲ ਕੋਈ ਬਚ ਜੂਗੀ ਇੱਧਰ ਦੀ, ਸਭ ਔਖਾ ਹੀ ਹੈ ਸਕਦਾ। ਕਿੰਨਾ ਕੁ ਪਾਣੀ ਆਉਣ ਉਛਾਲਾ ਮਾਰਦਾ? ਉਛਾਲਾ ਤਾਂ ਬਹੁਤ ਮਾਰਿਆ, ਤੁਹਾਡੇ ਸਾਹਮਣੇ ਆ ਜੀ, ਨਾ ਤਾਂ ਕਿਸੇ ਦੇ ਪਾਰ ਆ ਜਾ ਸਕਦੇ, ਫਸਲਾਂ ਸਾਡੀਆਂ ਪਾਰ ਆ, ਆਉਣਾ ਜਾਣਾ ਸਭ ਬੰਦ ਹੋ ਰਿਹਾ ਹੁਣ। ਫਿਰ ਕਿਵੇਂ ਗੁਜ਼ਾਰਾ ਚੱਲੇਗਾ ਜੀ? ਗੁਜ਼ਾਰਾ ਬਸ ਹੁਣ ਕੋਈ ਗੁਜ਼ਾਰਾ ਹੈ ਨਹੀਂ, ਤਾਂ ਕੋਈ ਫਸਲਾਂ ਸੀਗੀ ਮੇਨ ਉਹ ਵੀ ਸਾਡੇ ਉਤਰ ਗਈ ਹੁਣ ਤਾਂ। ਅਤੇ ਘਰ ਬਾਰ? ਘਰ ਬਾਰ ਤਾਂ ਔਖਾ ਹੀ ਆ ਹੁਣ, ਲੱਗਦਾ ਉਹ ਵੀ ਡੁੱਬ ਜਾਣਗੇ ਹੁਣ। ਫਿਰ ਕਿੱਥੇ ਰਹੋਗੇ ਫਿਰ? ਬਸ ਗਲੀਆਂ 'ਚ ਹੀ ਰਹਿਣਾ ਆਪਣਾ, ਸੜਕਾਂ 'ਤੇ ਜਾਂ ਬੰਨ 'ਤੇ।
ਇਹ ਸਾਰਾ ਬਣਨਗੇ। ਹਾਂਜੀ ਵੀ ਲੋਕਾਂ ਦਾ ਕਹਿਣਾ ਵੀ ਜਿਹੜੇ ਬੰਨ ਬਣੇ ਆ ਉਹ ਹੀ ਇਹਨਾਂ ਦਾ ਸਾਰਾ ਬਣਨਗੇ, ਕਿਉਂਕਿ ਜਿਹੜਾ ਪਾਣੀ ਆ ਉਛਾਲਾ ਮਾਰਦਾ ਪਿਆ, ਕਿਸੇ ਟਾਈਮ ਵੀ ਜਿਹੜਾ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ, ਪਾਣੀ ਜ਼ਿਆਦਾ ਹੋਣ ਕਰਕੇ ਇੱਥੇ ਕਾਫੀ ਵੱਡੀਆਂ ਜਿਹੜੀਆਂ ਮੁਸ਼ਕਲਾਂ ਉਹ ਆ ਸਕਦੀਆਂ, ਕਿਉਂਕਿ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਜਾਂ ਜੰਗ ਦੀ ਮਾਰ ਜਾਂ ਪਾਣੀ ਦੀ ਮਾਰ ਹਮੇਸ਼ਾ ਹੀ ਸਤਾਉਂਦੀ ਹੈ, ਅਤੇ ਜਿਹੜਾ ਪਾਣੀ ਜ਼ਿਆਦਾ ਆਉਣ ਕਰਕੇ ਲੋਕਾਂ ਨੂੰ ਪਿਛਲੀ ਵਾਰੀ ਵੀ ਵੱਡਾ ਨੁਕਸਾਨ ਜਿਹੜਾ ਹੋਇਆ ਸੀ, ਅਤੇ ਐਤਕੀ ਵੀ ਜਿਹੜਾ ਡਰ ਇੱਕ ਸਹਿਮ ਜਿਹੜਾ ਲੋਕਾਂ ਦੇ ਮਨਾਂ ਵਿੱਚ ਬਣਿਆ ਹੋਇਆ ਵੀ ਜੇ ਪਾਣੀ ਹੋਰ ਵੱਧਦਾ ਜਿਸ ਤਰ੍ਹਾਂ ਪਿੱਛੇ ਡੈਮਾਂ 'ਚੋਂ ਪਾਣੀ ਛੱਡਿਆ ਜਾ ਰਿਹਾ ਅਤੇ ਹਾਲਾਤ ਜਿਹੜੇ ਆ ਇੱਥੇ ਵੀ ਨਾਜ਼ੁਕ ਬਣ ਸਕਦੇ ਆ। ਲੋਕ ਇਸ ਕਰਕੇ ਵੀ ਆਪਣੀ ਜਿਹੜੀ ਫਸਲਾਂ ਦੇ ਨੂੰ ਲੈ ਕੇ ਚਿੰਤਿਤ ਹੈ ਅਤੇ ਆਪਣੇ ਬੱਚਿਆਂ ਨੂੰ ਜਾਂ ਪਰਿਵਾਰ ਨੂੰ ਲੈ ਕੇ ਵੀ ਕਾਫੀ ਚਿੰਤਿਤ ਹੈ ਉਹ ਦਿਖਾਈ ਦੇ ਰਹੇ ਨੇ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ ਫਿਰੋਜ਼ਪੁਰ। ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।